ਤਰ੍ਹਾਂ ਨਹੀਂ ਸੁਣਾ ਲੈਂਦੀ ਰਹਿਣ ਵਾਲੀ ਹਾਂ। ਮੈਂ 8:30 ਵਜੇ ਦੁੱਧ ਲੈਣ ਗਈ ਅਤੇ ਪਹਿਲੇ ਉਹਨੇ ਮੈਨੂੰ ਕਿਹਾ ਹੰਟਿੰਗ ਵਾਸਤੇ, ਮੈਂ ਅੱਗੇ ਲੰਘ ਗਈ, ਫਿਰ ਆਉਂਦੇ ਨੂੰ ਫਿਰ ਕਾਰ ਖੜ੍ਹੀ ਸੀ, ਫਿਰ ਕਹਿੰਦੀ ਮੰਮੀ ਮਿਲ ਲਓ, ਮੈਂ ਪੁਸ਼ਪਾ ਦੀ ਕੁੜੀ ਹਾਂ, ਮੈਂ ਕਾਰ 'ਚ ਮੇਰੇ ਨਾਲ ਮਿਲਣ ਲੱਗ ਗਈ, ਬਸ ਫਿਰ ਪਤਾ ਨਹੀਂ ਗਈ ਉਹ ਦਿਵਾਲੀ ਲਾ ਕੇ ਲੈ ਗਈ। ਮਿਲੇ ਕਿ ਮੈਂ ਗੱਲ ਇਹ ਗੱਲ ਕਿ ਜੱਫੀ ਪਾ ਕੇ ਨਹੀਂ ਗਈ ਇੱਕ ਹੱਥ ਨਾਲ, ਤੁਹਾਨੂੰ ਪਤਾ ਨਹੀਂ ਲੱਗਿਆ ਬਿਲਕੁਲ ਵੀ? ਨਾ ਮੈਨੂੰ ਨਹੀਂ ਪਤਾ ਲੱਗਿਆ, ਤੁਸੀਂ ਫਿਰ ਘਰੇ ਆ ਕੇ ਦੇਖਿਆ? ਘਰ ਆ ਕੇ 2 ਘੰਟੇ ਬਾਅਦ ਮੈਂ ਕਿਸੇ ਨੇ ਕਿਹਾ ਵੀ ਤੇਰੀ ਇੱਕ ਵਾਲੀ ਕਿੱਥੇ ਹੈ। ਕਿੰਨੇ ਕੁ ਵਜੇ ਜਾਂਦੀ ਸੀ ਕਿ ਵਾਲੀ? ਅੱਧੇ ਤੋਂ ਅਸੀਂ ਕਹਿੰਦੇ ਵੀ ਜੇ ਹੁਣ ਸਿਆਣਾ ਬੰਦਾ ਬਾਹਰ ਤਾਂ ਜਾਂਦਾ ਹੀ ਹੈ, ਵੀ ਕੰਮ ਲਈ ਤਾਂ ਜਾਣਾ ਹੀ ਹੈ, ਫਿਰ ਇੱਦਾਂ ਵੀ ਸਾਡੇ ਨਾਲ ਸੋਚ ਰਹੇ ਸੀ ਫਿਰ ਬਾਹਰ ਕਿਵੇਂ ਜਾਵਾਂਗੇ, ਵੀ ਥੋੜ੍ਹੀ ਜਿਹੀ ਉਹ ਕਰਨੀ ਚਾਹੀਦੀ, ਦੇਖਣਾ ਚਾਹੀਦਾ। ਮੈਂ ਅਸ਼ੋਕ ਕੁਮਾਰ ਬੱਤਰਾ ਜੀ, ਦਰਲਭ ਨਗਰ ਡਿਪੋਰਟਰ ਸਮਰਾਲਾ। ਕੀ ਘਟਨਾ ਹੋਈ ਹੈ ਸਵੇਰੇ? ਹੋਇਆ ਕੀ ਹੈ? ਅੱਜ ਸਵੇਰੇ ਮੇਰੀ ਵਾਈਫ ਦੁੱਧ ਲੈਣ ਆਈ ਸੀ ਅਵਤਾਰ ਦੀ ਡੈਡੀ 'ਤੇ, ਤਕਰੀਬਨ 8:30 ਵਜੇ, ਅਤੇ ਉਹ ਇੱਕ ਲੇਡੀ ਉਹਨੂੰ ਮਿਲੀ ਕਾਰ 'ਚ, ਕਹਿੰਦੀ ਮੈਂ ਫਲਾਣੇ ਦੀ ਕੁੜੀ ਹਾਂ, ਪੁਸ਼ਪਾ ਦੀ ਕੁੜੀ ਹਾਂ, ਵੀ ਮੇਰੀ ਮੰਮੀ ਨੇ ਉਹਨੂੰ ਮਿਲਣਾ, ਮਿਲ ਲਓ ਕਾਰ 'ਚ ਬੈਠੀ ਆ। ਮੇਰੀ ਘਰ ਵਾਲੀ ਕਹਿੰਦੀ ਵੀ ਨਹੀਂ ਮੈਂ ਨਹੀਂ ਮਿਲਣਾ ਕਿਸੇ ਨੂੰ, ਉਹ ਦੁੱਧ ਲੈਣ ਚਲੇਗੀ ਵਾਪਸੀ ਫਿਰ ਘੇਰਦਾ, ਅਤੇ ਇਨ ਬਿਟਵੀਨ ਉਹਨੇ ਜੱਫੀ ਜੀ ਪਾ ਕੇ ਪਤਾ ਨਹੀਂ ਲੱਗਿਆ ਕਦੋਂ ਲਾਲੀ ਬਾਲੀ ਜੀ ਜਿਹੜੇ ਚੋਰੀਆਂ ਹੋ ਰਹੀਆਂ ਨੇ ਕਿਵੇਂ ਦੇਖ? ਇਹਨਾਂ ਨੂੰ ਨੱਥ ਪਾਈ ਜਾਵੇ ਜੀ, ਕਿਉਂ ਜਿਹੜਾ ਬਜ਼ੁਰਗ ਬੰਦਾ ਉਹਨੂੰ ਤਾਂ ਪਤਾ ਨਹੀਂ ਲੱਗਦਾ ਕੁਛ, ਇਸ ਕਰਕੇ ਪ੍ਰਸ਼ਾਸਨ ਤੋਂ ਹੀ ਮੰਗ ਕੀਤੀ ਜਾਂਦੀ ਹੈ ਕਿਤੇ ਨਕੀਲ ਪਿੱਛੇ ਜੇ। ਤੁਹਾਡੀ ਘਰ ਵਾਲੇ ਨੂੰ ਬਾਅਦ ਪਤਾ ਲੱਗਿਆ? ਉਹਨੂੰ ਬਾਅਦ ਘੰਟਾ 2 ਘੰਟੇ ਬਾਅਦ ਪਤਾ ਲੱਗਿਆ, ਪਹਿਲਾਂ ਲੱਭੀ ਗਈ ਕਦੇ ਗਿਰੀ ਮੇਰੀ, ਅਸੀਂ ਬਾਅਦ ਪੁੱਛੇ ਨਾ ਜਨਾਨੀ ਵੀ ਮਿਲੀ ਸੀ ਇੱਕ, ਤਾਂ ਅਸੀਂ ਲਾਇਆ ਫਿਰ ਪਤਾ, ਹੁਣ ਕੈਮਰਾ ਦੇਖਿਆ ਕੈਮਰੇ 'ਚ ਗੱਡੀ ਨੰਬਰ ਵੀ ਆ ਗਿਆ ਅਤੇ ਉਹਦੀ ਫੋਟੋ ਵੀ ਆ ਗਈ। ਠੀਕ, ਹਾਂਜੀ, ਕੀ ਨਾਮ ਆ ਤੁਹਾਡਾ ਜੀ? ਰੋਮਿਲਾ। ਕਿੱਥੇ ਰਹਿੰਦੇ ਹੋ? ਅੰਗ ਮਾਰਲੇ। ਅਤੇ ਕੀ ਹੋਇਆ ਸਵੇਰੇ ਜੀ? ਮੈਂ ਸਵੇਰੇ ਸਬਜ਼ੀ ਲੈ ਕੇ ਆ ਰਹੀ ਸੀ ਰਾਮੂ ਦੇ, ਅਤੇ ਮੇਰੇ ਪਿੱਛੋਂ ਗੱਡੀ ਆਈ ਹੈ, ਮੇਰੇ ਨਾਲ ਸਾਈਡ 'ਤੇ ਲਾ ਲਈ, ਮੈਨੂੰ 1-2 ਵਾਰੀ ਪਹਿਲਾਂ ਵੀ ਮਿਲੀਆਂ ਨੇ, ਮੈਨੂੰ ਸ਼ੱਕ ਪੈ ਗਿਆ, ਮੈਂ ਦੁਕਾਨਾਂ ਦੇ ਨਾਲ ਨਾਲ ਨੂੰ ਹੋ ਗਈ, ਉੱਥੋਂ ਬਚੀ, ਮੈਨੂੰ ਕਹਿੰਦੀ ਸਤਿ ਸ਼੍ਰੀ ਅਕਾਲ, ਮੈਂ ਕਿਹਾ ਸਤਿ ਸ਼੍ਰੀ ਅਕਾਲ, ਪਛਾਣਿਆ ਨਹੀਂ, ਮੈਂ ਕਿਹਾ ਮੈਂ ਨਹੀਂ ਪਛਾਣਿਆ, ਕੰਮ ਕਰ ਤੂੰ ਆਪਣਾ ਜਾ, ਅਤੇ ਬਸ ਫਿਰ ਥੋੜ੍ਹੀ ਜਿਹੀ ਦੂਰ ਆ ਕੇ ਇੱਥੇ ਫਿਰ ਲਾ ਲਈ ਗੱਡੀ ਬੁੱਗੇ ਦੀ ਦੁਕਾਨ ਕੋਲ, ਮੈਂ ਫਿਰ ਗੱਲ ਪੈ ਗਈ, ਮੈਂ ਕਿਹਾ ਜਾਂਦੇ ਕਿ ਨਹੀਂ, ਚੋਰ ਨਹੀਂ ਆ, ਮੈਂ ਕਿਹਾ ਮੈਂ ਐਵੇਂ ਕਿਹਾ, ਮੈਂ ਕਿਹਾ ਚੋਰ ਨਹੀਂ ਆ, ਬਕਵਾਸ ਨਾ ਕਰ, ਮੈਂ ਕਿਹਾ ਮੇਰੇ ਨਾਲ ਭੱਜ ਲਈਆਂ, ਅੱਗੋਂ ਜਾ ਕੇ ਇੱਥੇ ਅਵਤਾਰ ਦੀ ਡੈਡੀ ਕੋਲ ਕਿਸੇ ਦੀਆਂ ਲਾ ਲਈ ਸ਼ੋਕੀ ਦੀ, ਮੈਨੂੰ 2-3 ਵਾਰੀ ਅੱਗੇ ਮਿਲੀਆਂ ਨੇ, ਮੈਂ ਸਵੇਰੇ ਗੁਰਦੁਆਰੇ ਜਾਂਦੀ ਹਾਂ, ਗੋਸ਼ਾਲਾ ਜਾਂਦੀ ਹਾਂ, ਮੈਨੂੰ ਉੱਥੇ ਵਿਨੋਦ ਦੀ ਦੁਕਾਨ ਕੋਲ ਮਿਲੀਆਂ ਨੇ ਇੱਕ ਵਾਰੀ, ਮੈਨੂੰ ਇਹਨਾਂ ਦਾ ਸ਼ੱਕ ਸੀਗਾ, ਮੈਂ ਕਿਹਾ ਉਹੀ ਨੇ, ਤਾਂ ਬਚਾ ਹੋ ਗਿਆ ਤੁਹਾਡਾ ਜੀ। ਹਾਂ, ਮੈਂ 3-4 ਵਾਰੀ ਬਚੀ ਹਾਂ ਮੈਂ ਇਹਨਾਂ ਤੋਂ, ਅੱਜ 4th ਵਾਰ ਹੈ। ਹਾਂਜੀ, ਨਾਮ ਦੱਸਿਓ। ਮੇਰਾ ਨਾਮ ਸ਼ਮੀ ਦੂਆ ਜੀ। ਦੂਆ ਸਾਹਿਬ, ਕੀ ਗੱਲ ਹੋਈ ਹੈ ਜੀ? ਅੱਜ ਸਵੇਰੇ ਜੀ ਮੇਰੇ ਮਦਰ ਸਬਜ਼ੀ ਲੈਣ ਗਏ ਆ ਡੱਬੀ ਬਾਜ਼ਾਰ ਦੇ ਨਾਲ ਹੀ, ਅਤੇ ਉੱਥੇ ਅਣਪਛਾਤੀ ਲੇਡੀਜ਼ ਔਰ ਬੰਦਾ ਗੱਡੀ ਚਲਾਉਂਦਾ ਸੀ, ਉਹ ਆ ਕੇ ਗੱਡੀ ਰੋਕੀ, ਸਤਿ ਸ਼੍ਰੀ ਅਕਾਲ ਹੋਈ, ਸਤਿ ਸ਼੍ਰੀ ਅਕਾਲ ਕਰਕੇ ਗੱਡੀ ਜਾਓ ਜੀ, ਗੱਡੀ ਜਾਓ, ਗੱਲ ਸੁਣੋ, ਉਹ ਕੁਦਰਤੀ ਕਹਿ ਲਓ ਇਨ ਦੀ ਮੀਨ ਟਾਈਮ ਮਦਰ ਦਾ ਦਿਮਾਗ ਕੰਮ ਕਰ ਗਿਆ, ਉਹ ਕਹਿੰਦੇ ਚਲੋ ਚਲੋ ਤੁਸੀਂ, ਉਹ ਥੋੜ੍ਹਾ ਜਿਹਾ ਡਰ ਕੇ ਪਿੱਛੇ ਹੋ ਗਏ ਭਾਂਡਿਆਂ ਵਾਲੀ ਦੁਕਾਨ ਕੋਲ ਹੋ ਗਏ, ਬਸ ਆਹ ਗੱਲ ਹੋਈ ਆ। ਉਸ ਤੋਂ ਥੋੜ੍ਹੀ ਦੇਰ ਬਾਅਦ ਪਤਾ ਲੱਗਿਆ ਵੀ ਇੱਥੇ ਸਮਰਾਲੇ 'ਚ ਘਟਨਾ ਹੋ ਗਈ, ਵਾਲੀਆਂ ਲਾ ਲਈਆਂ ਕਿਸੇ ਦੀਆਂ, ਅਤੇ ਮੇਰੀ ਤਾਂ ਇਹੀ ਸਰਕਾਰ ਨੂੰ ਬੇਨਤੀ ਆ ਵੀ ਥੋੜ੍ਹਾ ਧਿਆਨ ਦੇਵੇ, ਮਸਾਂ ਤਾਂ ਬਜ਼ੁਰਗ ਘਰੋਂ ਨਿਕਲਦੇ ਆ ਜੀ ਕਿਸੇ ਬਹਾਨੇ, ਜੇ ਇਹੀ ਹਾਲ ਰਿਹਾ ਡਰ ਦਾ ਮਾਹੌਲ ਬਣ ਜਾਂਦਾ, ਸਰਕਾਰ ਨੂੰ ਬੇਨਤੀ ਹੈ ਪਲੀਜ਼ ਇਹਦੇ ਵੱਲ ਧਿਆਨ ਦਿਓ ਥੋੜ੍ਹਾ ਜਿਹਾ। ਧੰਨਵਾਦ ਜੀ।
ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।